साड़ी ये जिंदगी ते साड़ी ये दुनिया इहो जी बिल्कुल भी ना हुंदी जेकर इतिहास दे विच कुछ अजिहियां गलतियां ना होईयां हुंदियां। इतिहास दे विच होईयां कुछ गलतियां ने दुनिया नूं बदल के रख दिता है। पहला विश्व युद्ध भी एक गलती दे नाल ही शुरू होया सी ते दूजा विश्व युद्ध भी एक गलती दे नाल ही शुरू होया सी ते एक इहो जी ही लापरवाही दे नाल ही टाइटैनिक जहाज डुब गया सी। अज मैं तुहानूं दसूंगा इतिहास दे विच होईयां सब तों वड्डियां गलतियां बारे। सो जुड़े रहो मेरे नाल, मैं हां तुहाडा होस्ट जसप्रीत सिंह ते तुसीं देख रहे हो ज्यो टीवी। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਇਤਿਹਾਸ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਗਲਤੀ ਇਹ ਵੀ ਹੈ ਜਿਸ ਨੇ ਟਾਈਟੈਨਿਕ ਜਹਾਜ਼ ਨੂੰ ਡੋਬ ਦਿੱਤਾ ਸੀ। ਇਤਿਹਾਸ ਦੇ ਵਿੱਚ ਟਾਈਟੈਨਿਕ ਦਾ ਡੁੱਬਣਾ ਇੱਕ ਬਹੁਤ ਵੱਡੀ ਤ੍ਰਾਸਦੀ ਹੈ, ਪਰ ਇਸ ਨੂੰ ਬਚਾਇਆ ਜਾ ਸਕਦਾ ਸੀ। ਅਸਲ ਦੇ ਵਿੱਚ ਟਾਈਟੈਨਿਕ ਜਹਾਜ਼ ਨੂੰ 16 ਅਲੱਗ-ਅਲੱਗ ਡਿਵੀਜ਼ਨਾਂ ਦੇ ਵਿੱਚ ਬਣਾਇਆ ਗਿਆ ਸੀ। ਉਸ ਟਾਈਮ ਤੇ ਇੰਨਾ ਵੱਡਾ ਜਹਾਜ਼ ਤੇ ਇੰਨੇ ਜ਼ਿਆਦਾ ਪੁਰਜੇ ਕਿਸੇ ਵੀ ਇੱਕ ਜਹਾਜ਼ ਦੇ ਵਿੱਚ ਨਹੀਂ ਵਰਤੇ ਗਏ ਸਨ। ਇਸ ਲਈ ਟਾਈਟੈਨਿਕ ਜਹਾਜ਼ ਨੂੰ ਬਣਾਉਣ ਵਾਲੇ ਇਸ ਨੂੰ ਅਨਸਿੰਕੇਬਲ ਯਾਨੀ ਕਿ ਨਾ ਡੁੱਬਣ ਵਾਲਾ ਜਹਾਜ਼ ਕਹਿੰਦੇ ਸਨ, ਜਿਹੜਾ ਕਿ ਉਹਨਾਂ ਦਾ ਓਵਰ ਕੌਨਫੀਡੈਂਸ ਸੀ। ਇੰਨਾ ਹੀ ਨਹੀਂ, ਜਦੋਂ ਟਾਈਟੈਨਿਕ ਜਹਾਜ਼ ਆਪਣੇ ਪਹਿਲੇ ਸਫ਼ਰ ਦੇ ਲਈ ਆਈਲੈਂਡ ਤੋਂ ਨਿਊਯਾਰਕ ਦੇ ਲਈ ਤੁਰਿਆ, ਉਦੋਂ ਅੰਟਾਰਕਟਿਕਾ ਓਸ਼ਨ ਦੇ ਵਿੱਚ ਟਾਈਟੈਨਿਕ ਦੇ ਕੈਪਟਨ ਨੂੰ ਇੱਕ ਸੰਦੇਸ਼ ਵੀ ਮਿਲਿਆ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ, ਕੈਪਟਨ ਅਸੀਂ ਟਾਈਟੈਨਿਕ ਤੋਂ ਕੁਝ ਕੁ ਅੱਗੇ ਪੱਛਮ ਦੇ ਵਿੱਚ ਸਫ਼ਰ ਕਰ ਰਹੇ ਹਾਂ। ਤੇ ਉਹਨਾਂ ਨੇ ਉਸ ਸੰਦੇਸ਼ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਸਾਨੂੰ ਕੁਝ ਅੱਗੇ ਬਰਫ਼ ਦੇ ਵੱਡੇ ਵੱਡੇ ਆਈਸਬਰਗ ਦਿਸੇ ਨੇ ਤੇ ਤੁਸੀਂ ਇਸ ਦੇ ਲਈ ਸਾਵਧਾਨ ਰਹਿਓ। ਪਰ ਇਸ ਚੇਤਾਵਨੀ ਨੂੰ ਹੋਰੋ ਐਂਡਲ ਬ੍ਰਾਈਡ ਯਾਨੀ ਕਿ ਕੈਪਟਨ ਨੇ ਅਣਸੁਣਿਆ ਕਰ ਦਿੱਤਾ, ਕਿਉਂਕਿ ਉਸ ਨੂੰ ਟਾਈਟੈਨਿਕ ਦੇ ਵਿੱਚ ਮੌਜੂਦ ਆਪਣੇ VVIP ਮਹਿਮਾਨਾਂ ਨੂੰ ਖੁਸ਼ ਰੱਖਣਾ ਜ਼ਿਆਦਾ ਜ਼ਰੂਰੀ ਲੱਗਿਆ। ਜਦੋਂ ਟਾਈਟੈਨਿਕ ਦੂਜੇ ਜਹਾਜ਼ ਵੱਲੋਂ ਦੱਸੀ ਗਈ ਆਈਸਬਰਗ ਯਾਨੀ ਕਿ ਬਰਫ਼ ਦੇ ਤੋਂਦਿਆਂ ਵਾਲੀ ਜਗ੍ਹਾ ਦੇ ਨੇੜੇ ਪਹੁੰਚਿਆ ਤੇ ਉਸ ਟਾਈਮ ਤੱਕ ਬਰਫ਼ ਦੇ ਤੋਂਦੇ ਯਾਨੀ ਕਿ ਆਈਸਬਰਗ ਜਹਾਜ਼ ਦੇ ਇੰਨੇ ਜ਼ਿਆਦਾ ਨੇੜੇ ਆ ਗਏ ਸਨ ਕਿ ਜਹਾਜ਼ ਨੂੰ ਮੋੜਨਾ ਨਾਮੁਮਕਿਨ ਹੋ ਗਿਆ ਤੇ ਫਿਰ ਟਾਈਟੈਨਿਕ ਇੱਕ ਵੱਡੇ ਬਰਫ਼ ਦੇ ਆਈਸਬਰਗ ਦੇ ਨਾਲ ਟਕਰਾ ਗਿਆ ਤੇ ਨਾ ਡੁੱਬਣ ਵਾਲਾ ਜਹਾਜ਼ ਆਪਣੇ ਪਹਿਲੇ ਸਫ਼ਰ ਦੇ ਵਿੱਚ ਹੀ ਡੁੱਬ ਗਿਆ। ਜਿਹੜੀ ਇਤਿਹਾਸ ਦੀ ਅਗਲੀ ਸਭ ਤੋਂ ਵੱਡੀ ਗਲਤੀ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਸ ਗਲਤੀ ਦੇ ਨਾਲ ਪਹਿਲਾ ਵਿਸ਼ਵ ਯੁੱਧ ਯਾਨੀ ਕਿ ਫਸਟ ਵਰਲਡ ਵਾਰ ਸ਼ੁਰੂ ਹੋ ਗਈ ਸੀ। ਹੋਇਆ ਇਸ ਤਰ੍ਹਾਂ ਕਿ ਸਨ 1914 ਦੇ ਵਿੱਚ ਆਸਟਰੀਆ ਹੰਗਰੀ ਜਿਹੜਾ ਕਿ ਉਸ ਟਾਈਮ ਤੱਕ ਇੱਕ ਹੀ ਦੇਸ਼ ਸੀ, ਉਸ ਦੇ ਇਕਲੌਤੇ ਰਾਜਕੁਮਾਰ ਫਰਾਂਸ ਫਰਾਂਡੀਨਾਡ ਆਪਣੇ ਜਿੱਤੇ ਹੋਏ ਰਾਜ ਬੋਸਨੀਆ ਦੇ ਇੱਕ ਸ਼ਹਿਰ ਸਾਰਾਨੋਵਾ ਜਾਣਾ ਚਾਹੁੰਦੇ ਸਨ, ਪਰ ਸਾਰਾਨੋਵਾ ਸ਼ਹਿਰ ਦੇ ਵਿੱਚ ਪ੍ਰਿੰਸ ਅਤੇ ਉਸ ਦੇ ਰਾਜ ਦੇ ਦੁਸ਼ਮਣ ਵੀ ਰਹਿੰਦੇ ਸਨ ਜਿਹੜੇ ਕਿ ਸਾਰਾਨੋਵਾ ਸ਼ਹਿਰ ਦੇ ਕ੍ਰਾਂਤੀਕਾਰੀ ਸਨ। ਉਹ ਪ੍ਰਿੰਸ ਫਰਾਂਸ ਫਰਾਂਡੀਨਾਡ ਨੂੰ ਮਾਰਨ ਦੀ ਫਰਾਕ ਦੇ ਵਿੱਚ ਸਨ। ਪ੍ਰਿੰਸ ਨੂੰ ਉਸ ਦੇ ਜਸੂਸਾਂ ਵੱਲੋਂ ਇਹ ਚੇਤਾਵਨੀ ਵੀ ਮਿਲੀ ਸੀ ਕਿ ਉਹ ਸਾਰਾਨੋਵਾ ਸ਼ਹਿਰ ਦੇ ਵਿੱਚ ਨਾ ਜਾਣ, ਪਰ ਪ੍ਰਿੰਸ ਨੇ ਕਿਸੇ ਦੀ ਗੱਲ ਨਾ ਸੁਣੀ ਅਤੇ ਉਹ ਸਾਰਾਨੋਵਾ ਪਹੁੰਚ ਗਏ। ਪ੍ਰਿੰਸ ਨੇ ਆਪਣੇ ਜਸੂਸਾਂ ਦੀ ਗੱਲ ਨੂੰ ਨਾ ਮੰਨ ਕੇ ਤਾਂ ਗਲਤੀ ਕੀਤੀ ਹੀ ਸੀ, ਪਰ ਪ੍ਰਿੰਸ ਦੇ ਦੁਸ਼ਮਣਾਂ ਨੇ ਵੀ ਬਿਨਾਂ ਕੁਝ ਲੰਮੀ ਸੋਚ ਸੋਚੇ 18 ਜੂਨ 1914 ਨੂੰ ਸਾਰਾਨੋਵਾ ਸ਼ਹਿਰ ਦੇ ਵਿੱਚ ਪ੍ਰਿੰਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹੁਣ ਆਸਟਰੀਆ ਹੰਗਰੀ ਦੇਸ਼ ਦੀ ਇਹ ਲੋਕਲ ਗੱਲ ਉਸ ਰਾਜ ਦੇ ਵਿੱਚ ਦੱਬੀ ਵੀ ਰਹਿ ਜਾਂਦੀ, ਪਰ ਕਿਉਂਕਿ ਸਾਰਾਨੋਵਾ ਦੇ ਕ੍ਰਾਂਤੀਕਾਰੀਆਂ ਨੂੰ ਸਪੋਰਟ ਕਰਨ ਵਾਲਾ ਤੇ ਉਹਨਾਂ ਨਾਲ ਰਲ ਕੇ ਪ੍ਰਿੰਸ ਨੂੰ ਮਾਰਨ ਵਾਲਾ 19 ਸਾਲਾਂ ਦਾ ਨੌਜਵਾਨ ਗ੍ਰੈਵੀਨੂਵੋ ਪ੍ਰਿੰਸਪ ਸੀ, ਤੇ ਗ੍ਰੈਵੀਨੂਵੋ ਪ੍ਰਿੰਸਪ ਸਰਬੀਆ ਦਾ ਨਾਗਰਿਕ ਸੀ ਤੇ ਇਹ ਸਰਬੀਆ ਦੇਸ਼ ਪ੍ਰਿੰਸ ਦੇ ਦੇਸ਼ ਆਸਟਰੀਆ ਹੰਗਰੀਆ ਦਾ ਦੁਸ਼ਮਣ ਸੀ। ਤੇ ਇਸ ਘਟਨਾ ਤੋਂ ਬਾਅਦ ਆਸਟਰੀਆ ਹੰਗਰੀ ਨੇ ਸਰਬੀਆ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਤੇ ਇਸ ਤੋਂ ਬਾਅਦ ਜੋ ਹੋਇਆ ਉਹ ਤਾਂ ਜੱਗ ਜ਼ਾਹਰ ਹੈ। ਆਸਟਰੀਆ ਹੰਗਰੀ ਸਰਬੀਆ ਇਹਨਾਂ ਦੀ ਯੂਰਪ ਦੇ ਕਈ ਦੇਸ਼ਾਂ ਦੇ ਨਾਲ ਯੁੱਧ ਦੇ ਵਿੱਚ ਸਾਥ ਦੇਣ ਦੀ ਸੰਧੀ ਹੋਈ ਹੋਈ ਸੀ। ਇਸ ਤਰ੍ਹਾਂ ਇਹ ਦੋਨੇ ਦੇਸ਼ਾਂ ਦੀ ਆਪਸੀ ਲੜਾਈ ਪਹਿਲੇ ਵਿਸ਼ਵ ਯੁੱਧ ਦਾ ਕਾਰਨ ਬਣ ਗਈ। ਇਸ ਤਰ੍ਹਾਂ ਆਪਾਂ ਮੰਨ ਸਕਦੇ ਹਾਂ ਕਿ ਸਾਰਾਨੋਵਾ ਸ਼ਹਿਰ ਦੇ ਵਿੱਚ ਚੱਲੀ ਉਹ ਇੱਕ ਗੋਲੀ ਨੇ ਪਹਿਲੇ ਵਿਸ਼ਵ ਯੁੱਧ ਦੇ ਨਗਾਰੇ ਵਜਾ ਦਿੱਤੇ। ਇਸ ਵਿਸ਼ਵ ਯੁੱਧ ਤੋਂ ਬਾਅਦ ਦੂਜਾ ਵਿਸ਼ਵ ਯੁੱਧ ਵੀ ਕਦੇ ਨਾ ਹੁੰਦਾ ਜੇਕਰ ਇੱਕ ਛੋਟੀ ਜਿਹੀ ਗਲਤੀ ਨਾ ਹੁੰਦੀ। ਹੋਇਆ ਕੁਝ ਇਸ ਤਰ੍ਹਾਂ ਸੀ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਤੇ ਬ੍ਰਿਟੇਨ ਨੇ ਜਰਮਨੀ ਨੂੰ ਗੋਡਿਆਂ ਭਾਰ ਕਰ ਲਿਆ ਸੀ, ਉੱਪਰੋਂ ਜਰਮਨੀ ਦੇਸ਼ ਦੇ ਕਈ ਹਿੱਸੇ ਵੀ ਗੁਆਂਢੀ ਦੇਸ਼ਾਂ ਨੇ ਨਪਲੇ ਸਨ। ਇਹ ਗੱਲ ਪਹਿਲੀ ਵਰਲਡ ਵਾਰ ਦੇ ਅੰਤ ਵੇਲੇ ਦੀ ਹੈ ਜਦੋਂ ਇੱਕ ਬ੍ਰਿਟੇਨ ਸੈਨਿਕ ਟੈਂਡੀ ਫਰਾਂਸ ਦੀ ਉੱਤਰ ਸੀਮਾ ਤੇ ਜਰਮਨੀ ਦੇ ਸਾਹਮਣੇ ਯੁੱਧ ਲੜ ਰਿਹਾ ਸੀ। ਉਸ ਟਾਈਮ ਲੂਇਸ ਟਾਈਪ ਦੀ ਰਫਲ ਦੇ ਨਾਲ ਟੈਂਡੀ ਅਤੇ ਉਸ ਦੇ ਸਾਥੀ ਜਰਮਨ ਸੈਨਿਕਾਂ ਦੇ ਨਾਲ ਲੜ ਰਹੇ ਸਨ ਤੇ ਇਹਨਾਂ ਨੇ ਲੜਦੇ ਲੜਦੇ ਜਰਮਨ ਸੈਨਿਕਾਂ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਕਰ ਦਿੱਤਾ। ਪਰ ਇਹਨਾਂ ਸਭ ਕੁਝ ਦੇ ਵਿਚਾਲੇ ਪਤਾ ਨਹੀਂ ਕਿਸ ਤਰ੍ਹਾਂ ਇੱਕ ਜਰਮਨ ਸਿਪਾਹੀ ਟੈਂਡੀ ਦੀ ਰਫਲ ਦੇ ਬਿਲਕੁਲ ਸਾਹਮਣੇ ਆ ਗਿਆ ਤੇ ਉਹ ਜਰਮਨ ਸੈਨਿਕ ਉਸ ਟਾਈਮ ਪੂਰੀ ਤਰ੍ਹਾਂ ਨਾਲ ਜ਼ਖਮੀ ਸੀ। ਪਰ ਪਤਾ ਨਹੀਂ ਕਿਉਂ ਉਸ ਟਾਈਮ ਟੈਂਡੀ ਨੇ ਉਸ ਨੂੰ ਆਪਣੀ ਮਾਰ ਦੀ ਸੋਚ ਨੂੰ ਬਦਲ ਦਿੱਤਾ ਤੇ ਆਪਣੀ ਰਫਲ ਨੂੰ ਥੱਲੇ ਕਰ ਲਿਆ ਤੇ ਉਹ ਜਰਮਨ ਸੈਨਿਕ ਇੱਕ ਨਕਲੀ ਜਿਹਾ ਹਾਸਾ ਹੱਸਦੇ ਹੋਏ ਉੱਥੋਂ ਚਲਿਆ ਗਿਆ। ਇਸ ਗੱਲ ਦਾ ਕਈ ਸਾਲਾਂ ਬਾਅਦ ਟੈਂਡੀ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਤੇ ਟੈਂਡੀ ਨੇ ਉਸ ਦਿਨ ਤੋਂ ਬਾਅਦ ਆਪਣੇ ਹਰ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੀ ਮੁੜ-ਮੁੜ ਕੇ ਮਾਫੀ ਮੰਗੀ ਕਿ ਉਹਨਾਂ ਦੀ ਇਹ ਬਹੁਤ ਵੱਡੀ ਗਲਤੀ ਹੈ ਕਿ ਉਹਨਾਂ ਨੇ ਉਸ ਦਿਨ ਉਹ ਜਰਮਨ ਸੈਨਿਕ ਨੂੰ ਕਿਉਂ ਨਹੀਂ ਮਾਰਿਆ ਸੀ। ਸਨ 1977 ਦੇ ਵਿੱਚ ਟੈਂਡੀ ਦੀ ਮੌਤ ਹੋ ਗਈ, ਉਸ ਟਾਈਮ ਤੱਕ ਉਹਨਾਂ ਨੂੰ ਇਸ ਗੱਲ ਦਾ ਬਹੁਤ
बहुत ज्यादा अफसोस सी क्योंकि टैंडी ने जिहड़े जर्मन सैनिक की जान बचाई सी वह जर्मन सैनिक कोई होर नहीं बल्कि सी अडोल्फ हिटलर। तुसी कुदरत दा कानून देखो कि पहला विश्व युद्ध होया एक गोली चलण दे नाल ते दूजा विश्व युद्ध होया एक गोली ना चलण नाल। इतिहास हमेशा इस तरह ही बनता है। अगली गलती की जी रशिया ने जदों उन्होंने 1.7 मिलियन स्क्वेयर किलोमीटर वाले अपने एक राज अलास्का नूं अमेरिका नूं बेच दिता सी। रशिया ने अलास्का नूं सिर्फ 7.2 मिलियन डालर च ही बेचिया सी, जानी कि एक स्क्वेयर किलोमीटर सिर्फ 4.25 डालर विच। हाँ जी तुसी सही समझे, मैं गल कर रहा अलास्का की जिहड़ी कि अज अमेरिका की सब तो वड्डी स्टेट है। अलास्का एक टाइम ते रशिया टैरिटरी होया करता सी। इह गल 1867 दी है जदों रशिया नूं अलास्का एक तरह नाल बंजर धरती लगती सी क्योंकि उत्थे वड्डी मिलटरी फोर्स ना खड़ी करनी पवे। इसलिए उन्होंने अलास्का नूं 30 मार्च 1867 नूं अमेरिका नूं वेच दिता। ते अज दे टाइम अलास्का अमेरिका दे विच इक पापूलर टूरिस्ट प्लेस भी है ते बहुत सारे कीमती पदार्थ जिवें कि खनिज तेल अज अलास्का दे विचों ही पाए जांदे ने। अज दे टाइम अलास्का अमेरिका दी इक बहुत ज्यादा कमाई करन वाली स्टेट बन गया है। अपने देश दी इन्नी कीमती धरती नूं अमेरिका नूं कौडियां दे भाव वेच देना रशिया दी इक बहुत वड्डी गलती सी। अगली दुनिया दी सब तों वड्डी गलती होई जी जापान दी स्टॉक मार्केट विच, जदों सिर्फ एक जापानी येन दे विच 6,10,000 शेयर विक गए। तुसीं इह भी गल मन सकदे हो कि इह कारपोरेट वर्ल्ड दी अज तक दी सब तों वड्डी गलती है। होया कुछ इस तरह कि जापान की मिजियो कंपनी 6,10,000 येन दे विच अपना एक शेयर बेचना चाहती सी, पर स्टॉक ब्रोकर ने शायद रात नूं चंगी नींद नहीं लई सी, इसलिए उसने मिसटेक दे नाल इस कंपनी दे 6,10,000 शेयरां नूं सिर्फ एक येन दे विच ही बेचण नूं रख दिता। ते जदों तक उसनूं अपनी इस गलती का एहसास होया तां स्टॉक एक्सचेंज दे विच इह ऑर्डर पास हो गया ते जापान की यह कंपनी नूं 225 मिलियन डॉलर का नुकसान झलना पिया। इह सन इतिहास दीआं सब तों वड्डीआं कुछ गलतियां। तुहानूं ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।